ਜਿਹੜਾ ਕਿ ਤੁਸੀਂ ਜਿੰਮ ਵਾਲੇ ਦਾ ਚਲਾਨ ਕੀਤਾ ਸਰ? ਜਿਹੜਾ ਜਿੰਮ ਵਾਲੇ ਦਾ ਚਲਾਨ ਕੀਤਾ ਨਾ, ਇਹ ਮੁੰਡੇ ਨੇ ਆਪਣਾ ਇੱਕ ਜਿੰਮ ਬਣਾਇਆ ਹੋਇਆ ਜੋਧੇਵਾਲ ਵਸਤੀ ਚੌਂਕ ਵਿੱਚ। ਇਹਨੇ ਇੱਕ ਆਪਣੀ ਮੂਵੀ ਬਣਾ ਕੇ ਨਾ ਮੋਟਰਸਾਈਕਲ ਦੇ ਸਟੰਟ ਕਰਦੇ ਸੀ, ਉਹ ਵੀ ਇਹਨੇ ਪਾਇਆ ਸੀ ਆਪਣੀ ਇੰਸਟਾਗ੍ਰਾਮ ਦੇ ਉੱਪਰ। ਉਹਦੇ ਉੱਤੇ ਸਟੰਟ ਕਰਦਾ ਸੀ, ਮਤਲਬ ਜਿਹੜੇ ਬੱਚਿਆਂ ਨੇ ਉਹਨਾਂ ਨੂੰ ਉਤਸ਼ਾਹ ਕਰਦਾ ਸੀ ਵੀ ਮੈਂ ਬਾਈਕ ਦੇਖੋ ਹੱਥ ਛੱਡ ਕੇ ਚਲਾਉਣਾ, ਇਹਨੂੰ ਦੇਖ ਕੇ ਜਿਹੜੇ ਬੱਚੇ ਨਵੇਂ ਨੇ ਉਹ ਵੀ ਇਸ ਤਰ੍ਹਾਂ ਪੰਗੇ ਲੈਂਦੇ ਨੇ। ਫਿਰ ਇਹਦਾ ਕੱਲ੍ਹ ਮੋਟਰਸਾਈਕਲ ਰੋਕਿਆ, ਰੋਕਣ ਤੋਂ ਬਾਅਦ ਇਹਦਾ ਚਲਾਨ ਕੀਤਾ, ਗੱਡੀ ਇੰਪਾਊਂਡ ਕਰਤੀ 200 ਮੋਟਰ ਵਹੀਕਲ 207 ਦੇ ਵਿੱਚ, ਡੇਂਜਰ ਡਰਾਈਵਿੰਗ ਜਿੰਨੇ ਵੀ ਅਫੈਂਸ ਬਣਦੇ ਸੀ ਉਹਦੇ ਮੁਤਾਬਕ ਗੱਡੀ ਇਹਦੀ ਮੋਟਰਸਾਈਕਲ ਜਿਹੜਾ ਸਲੇਮਡਾਰੀ ਥਾਣੇ ਬੰਦ ਕੀਤਾ ਹੋਇਆ। ਇਹ ਕਹਿੰਦਾ ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਵੈਸੇ ਹੀ ਨਾ ਇੱਕ ਸ਼ੌਂਕੀਆ ਤੌਰ 'ਤੇ ਮਤਲਬ ਜਿਹੜੇ ਅਸੀਂ ਡੰਡ ਮਾਰ ਰਿਹਾ ਸੀ ਰੋਡ ਦੇ ਉੱਪਰ, ਇਹਨੂੰ ਕਿਹਾ ਸੀ ਜੇ ਤੇਰਾ ਰੋਡ 'ਤੇ ਡੰਡ ਮਾਰੋ ਦਿਲ ਕਰਦਾ ਵੀ ਤੂੰ ਜਿੰਮ ਕਾਹਦੇ ਲਈ ਖੋਲਿਆ ਹੈ, ਤੂੰ ਆਪਣਾ ਜਿਹੜਾ ਡੰਡ ਮਾਰਨਾ ਜਿੰਮ। ਜਿਹੜਾ ਮੋਟਰਸਾਈਕਲ ਹੈ ਨਾ, ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਵੀ ਸਟੰਟ ਕਰਦਾ ਉਹਦਾ ਇਸੇ ਤਰ੍ਹਾਂ ਚਲਾਨ ਕੀਤਾ ਜਾਂਦਾ। ਸਰ ਤੁਹਾਨੂੰ ਇਨਫੋਰਮੇਸ਼ਨ ਕਿੱਦਾਂ ਲੱਗੀ ਸਰ? ਇੰਸਟਾਗ੍ਰਾਮ 'ਤੇ ਇਹਨੇ ਮੂਵੀ ਪਾਈ ਹੋਈ ਆਪਣੀ। ਅੱਛਾ ਜੀ। ਉਹ ਬੱਚੇ ਦੇਖਦੇ ਨੇ, ਬੱਚੇ ਦੇਖ ਕੇ ਇਸ ਤਰ੍ਹਾਂ ਪੰਗੇ ਲੈਂਦੇ ਨੇ, ਹੁਣ ਬੱਚੇ ਦੀਆਂ ਉਮਰਾਂ ਛੋਟੀਆਂ ਨੇ, ਉਹ ਕਹਿੰਦੇ ਜੀ ਇਹਦੇ ਦੇਖੋ ਇਹ ਛੜਾ। ਐਕਚੁਲੀ ਪ੍ਰੋਬਲਮ ਲੋਕਾਂ ਨੂੰ ਹੁਣ ਇੱਕ ਹੋ ਗਈ ਵੀ ਮੇਰੇ ਫੋਲੋਅਰ ਕਿੰਨੇ ਬਣਦੇ ਨੇ, ਬਸ ਇਹ ਫੋਲੋਅਰ ਦੇ ਚੱਕਰ ਦੇ ਵਿੱਚ ਕਿਸੇ ਦੀ ਇਹਨਾਂ ਨੂੰ ਪਰਵਾਹ ਨਹੀਂ ਕਿਸੇ ਦੀ ਜਾਨ ਜਾਵੇ, ਕਿਸੇ ਦੀ ਕੋਈ ਹੋਰ ਜਾਨੀ ਮਾਨੀ ਨੁਕਸਾਨ ਹੋਵੇ, ਇਹਨਾਂ ਨੂੰ ਕੋਈ ਨਹੀਂ, ਬਸ ਇਹਨਾਂ ਨੂੰ ਆਪਣੇ ਫੋਲੋਅਰ ਦੀ ਪਈ ਹੋਈ ਆ। ਫਿਰ ਉਹਨਾਂ ਨੂੰ ਦੇਖਦੇ ਸਾਡੇ ਜਿੰਨੇ ਸੀਨੀਅਰ ਆਫਿਸਰ ਨੇ ਨਾ, ਮਾਣਯੋਗ ADCP ਟ੍ਰੈਫ ਸਾਹਿਬ, ACP ਟ੍ਰੈਫ ਸਾਹਿਬ ਵੱਲੋਂ ਸਖ਼ਤ ਹਦਾਇਤਾਂ ਨੇ ਵੀ ਕੋਈ ਵੀ ਬੰਦਾ ਮੋਟਰਸਾਈਕਲ ਦੇ ਕਾਰ 'ਤੇ ਹੁਲੜਬਾਜ਼ੀ ਕਰਦਾ ਉਹਨੂੰ ਸਪੇਅਰ ਨਹੀਂ ਕਰਨਾ। ਜਿਹੜਾ ਵੀ ਤੁਹਾਨੂੰ ਇਸ ਤਰ੍ਹਾਂ ਲੱਗਦਾ, ਹੁਣ ਗੱਡੀਆਂ ਦੇ ਹੂਟਰ ਲਾ ਕੇ ਫਿਰਦੇ ਨੇ, ਬਲੈਕ ਫਿਲਮਾਂ ਲਾ ਕੇ ਫਿਰਦੇ ਨੇ, ਹੁਣ ਇਹਨਾਂ ਦੇ ਸਾਰਿਆਂ ਦੀਆਂ ਜਿਹੜੇ ਵਹੀਕਲ ਨੇ 2-wheeler ਤੋਂ ਲੈ ਕੇ 4-wheeler ਤੱਕ ਜਿਹੜੇ ਵੀ ਇਸ ਤਰ੍ਹਾਂ ਸ਼ਰਾਰਤੀ ਅਨਸਰ ਨੇ ਨਾ, ਉਹਨਾਂ ਦੇ ਵਹੀਕਲ 207 ਇੰਪਾਊਂਡ ਕਰਕੇ 207 ਦੇ ਵਿੱਚ ਬੰਦ ਕਰ ਦੇਣੇ ਆ। ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਦੇਖ ਕੇ ਬਾਕੀ ਸੁਧਰਨਗੇ। ਥੈਂਕ ਯੂ ਸਰ।